ਨਾਨਕ ਦੁਖੀਆਂ ਦੇ ਨਾਥ ਵੇਰ ਗੇ ਸਰ ਪੇ ਮੇਰੇ ਤੇਰਾ ਹੱਥ ਵੇ ਬਾਬਾ ਨਾਨਕ ਦੁਖੀਆਂ ਦੇ ਨਾਥ ਵੇਰ ਗੇ ਸਰ ਪੇ ਮੇਰੇ ਨਮਸਕਾਰ ਅਦਾਬ ਸਤਿ ਸ਼੍ਰੀ ਅਕਾਲ ਜਿੰਨੇ ਵੀ ਕੈਨੇਡਾ ਦੇ ਵਿੱਚ ਮੇਰੇ ਭੈਣ ਭਰਾ ਰਹਿੰਦੇ ਆ ਇਹਨਾਂ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਮੇਰਾ ਖਿਆਲ ਆ ਕਿ ਦਿਵਾਲੀ ਬਹੁਤ ਅੱਛੀ ਮਨਾਈ ਹੋਏਗੀ ਪਰਮਾਤਮਾ ਕਰੇ ਕਿ ਆਉਣ ਵਾਲੀ ਦਿਵਾਲੀ ਵੀ ਤੁਸੀਂ ਖੁਸ਼ੀਆਂ ਦੇ ਵਿੱਚ ਮਨਾਓ ਅਤੇ ਸਭ ਤੋਂ ਬੜੀ ਮੇਰੀ ਮਤਲਬ ਖੁਸ਼ੀ ਦੀ ਗੱਲ ਇਹ ਹੈਗੀ ਆ ਕਿ ਬੌਬੀ ਸਾਹਿਬ ਅੱਜ ਵੀ ਨਹੀਂ ਹੈਗੇ ਲੇਕਿਨ ਮੇਰਾ ਸਾਥ ਦੇ ਰਹੇ ਆ ਨਿਸ਼ੀ ਜੀ ਮੇਰੇ ਨਾਲ ਆ ਸਿੱਧੂ ਜੀ ਅਤੇ ਨਿਸ਼ੀ ਜੀ ਹਾਂਜੀ ਭਾਈ ਸਾਰਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਜਿਵੇਂ ਤੁਸੀਂ ਸੁਣਿਆ ਕਿ ਦੀਪ ਸਾਹਿਬ ਜੀ ਨੇ ਦੱਸਿਆ ਤੁਹਾਨੂੰ ਕਿ ਅੱਜ ਇਹਨਾਂ ਦਾ ਫੇਰ ਜਿਹੜੇ ਰੈਗੂਲਰ ਸਾਥ ਦਿੰਦੇ ਨੇ ਗਏ ਸ਼ਰਮਾ ਜੀ ਬੌਬੀ ਸ਼ਰਮਾ ਉਹ ਅੱਜ ਹੈ ਨਹੀਂ ਉਹ ਇੰਡੀਆ ਗਏ ਹੋਏ ਨੇ ਸੋ ਹੋਪਫੁਲੀ ਨੈਕਸਟ ਵੀਕ ਯੂ ਵਿਲ ਹੈਵ ਹਿਮ ਬੈਕ ਫਿਰ ਤੁਹਾਨੂੰ ਉਹ ਵੀ ਆ ਕੇ ਇੰਡੀਆ ਦੀਆਂ ਵੀ ਗੱਲਾਂ ਸੁਣਾਉਣਗੇ ਅਤੇ ਤੁਹਾਨੂੰ ਫਿਰ ਦੀਪ ਜੀ ਦੇ ਨਾਲ ਵੀ ਆਪਦੀ ਇੰਟਰਵਿਊ ਕਰਨੀ ਅੱਛਾ ਨਿਸ਼ੀ ਜੀ ਹਾਂਜੀ ਇੱਕਦਮ ਟੂ ਫਰੈਂਕ ਕੀ ਸੁਣਨਾ ਚਾਹੁੰਦੇ ਤੁਸੀਂ ਜੀ ਕੁਛ ਮਰਜ਼ੀ ਸੁਣਾਓ ਪਰ ਮੈਂ ਸੋਚਿਆ ਆਪਾਂ ਤੁਸੀਂ ਫਿਲਮਾਂ ਦੀਆਂ ਤਾਂ ਗੱਲਾਂ ਬਹੁਤ ਕਰ ਲਈਆਂ ਜੀ ਜੀ ਤੇ ਹੁਣ ਤੁਸੀਂ ਇਹ ਦੱਸੋ ਤੁਸੀਂ ਇੰਡੀਆ ਦੇ ਵਿੱਚ ਵੀ ਰਹਿ ਕੇ ਆਏ ਹੋ ਤੇ ਇੱਥੇ ਵੀ ਰਹਿ ਕੇ ਆਏ ਹੋ ਤੁਸੀਂ ਦੱਸੋ ਵੀ ਲਾਈਫ ਦੇ ਵਿੱਚ ਇੰਡੀਆ ਦੀ ਲਾਈਫ ਦਾ ਤੇ ਇੱਥੋਂ ਦੀ ਲਾਈਫ ਦੇ ਵਿੱਚ ਤੁਹਾਨੂੰ ਕੀ ਤਬਦੀਲੀ ਲੱਗੀ ਕਿਹੜਾ ਬੈਟਰ ਲੱਗਿਆ ਨਿਸ਼ੀ ਜੀ ਇੱਕ ਮੈਂ ਗੱਲ ਕਰਾਂ ਹਾਂਜੀ ਤੁਹਾਨੂੰ ਸੱਚਾਈ ਚੰਗੀ ਲੱਗਦੀ ਹੈ ਅਗਰ ਕੋਈ ਬੰਦਾ ਸੱਚ ਬੋਲਦਾ ਹੋਵੇ ਤਾਂ ਚੰਗਾ ਲੱਗਦਾ ਕਿ ਮਾੜਾ ਇਹ ਸੱਚ ਦਾ ਤਾਂ ਹਮੇਸ਼ਾ ਹੀ ਬੋਲਬਾਲਾ ਜੀ ਸੱਚੀ ਹੋਰ ਕਿਆ ਨਹੀਂ ਇਹ ਮੈਂ ਦਿਲੋਂ ਦੱਸਾਂ ਦੇਖੋ ਜੀ ਪਤਾ ਨਹੀਂ ਕਿ ਲੋਕੀ ਹਾਂਜੀ ਹਿੰਦੁਸਤਾਨ ਛੱਡ ਕੇ ਕਿਉਂ ਇੱਧਰ ਭੱਜ ਭੱਜ ਕੇ ਆ ਰਹੇ ਆ ਔਰ ਜਾਂ ਤਾਂ ਮੇਰਾ ਖਿਆਲ ਹੈਗਾ ਆ ਕਿ ਜਿਹੜੀ ਸਾਡੇ ਇੰਡੀਆ ਦੀ ਰਾਜਨੀਤੀ ਹੈ ਹਾਂਜੀ ਉਹ ਠੀਕ ਨਹੀਂ ਹੈ ਇਹ ਵੀ ਹੋ ਸਕਦਾ ਹਾਂ ਜਿਸ ਤਰ੍ਹਾਂ ਬਾਦਲ ਸਾਹਿਬ ਨੇ ਸੁਖਬੀਰ ਬਾਦਲ ਸਾਹਿਬ ਨੇ ਜੋ ਮਤਲਬ ਘੋਲ ਘੋਲੇ ਆ ਮਤਲਬ ਇਸ ਤਰ੍ਹਾਂ ਕਿਸ ਤਰ੍ਹਾਂ ਮਤਲਬ ਦੁਨੀਆ ਖੁਸ਼ ਰਹਿ ਸਕਦੀ ਆ ਔਰ ਬਾਕੀ ਰਹੀ ਮੇਰੀ ਗੱਲ ਹਾਂਜੀ ਮੈਂ ਇੰਨਾ ਖੁਸ਼ ਸੀਗਾ ਉੱਥੇ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇੱਥੇ ਮੈਂ ਲੋਕਾਂ ਨੂੰ ਕਾਰਾਂ ਦੇ ਵਿੱਚ ਜਾਂਦਿਆਂ ਦੇਖਦਾ ਜਾਂ ਉੱਦਾਂ ਦੇਖਦਾ ਉਤਰੇ ਹੋਏ ਮੁਰਝਾਏ ਹੋਏ ਚਿਹਰੇ ਹਾਲੇ ਕੈਨੇਡਾ ਦੇ ਵਿੱਚ ਆ ਪਤਾ ਨਹੀਂ ਉਹਨਾਂ ਨੂੰ ਕੀ ਦੁੱਖ ਹੈਗੇ ਆ ਜਾਂ ਕੁਛ ਵੀ ਉਹ ਹੈਗੇ ਆ ਅਤੇ ਮੇਰੀ ਸਮਝ ਤੋਂ ਮਤਲਬ ਮੈਂ ਤਾਂ ਮਤਲਬ ਜਿਸ ਤਰ੍ਹਾਂ ਹੈਗਾ ਮੇਰਾ ਟਾਈਮ ਪਾਸ ਕਰ ਰਹੇ ਹਾਂ ਅਤੇ ਪਰ ਮੇਰਾ ਬੰਬੇ ਦਾ ਹੈਗਾ ਇਸ ਕਰਕੇ ਮਤਲਬ ਬਾਕੀ ਮੈਂ ਤਾਂ ਕੈਨੇਡਾ ਨੂੰ ਵੀ ਪਿਆਰ ਕਰਦਾ ਮੈਂ ਇਸ ਮੁਲਕ ਨੂੰ ਵੀ ਪਿਆਰ ਕਰਦਾ ਮੈਂ ਇੰਡੀਆ ਨੂੰ ਵੀ ਪਿਆਰ ਕਰਦਾ ਅਤੇ ਮਤਲਬ ਉਹ ਵੀ ਆਪਣਾ ਮੁਲਕ ਜਿਹੜਾ ਹੈ ਬਹੁਤ ਬਹੁਤ ਪਿਆਰਾ ਮੁਲਕ ਆ ਆਪਣੇ ਮੈਂ ਬੁਰਾ ਨਹੀਂ ਕਹਿ ਸਕਦਾ ਉਹਨੂੰ ਨਿਸ਼ੀ ਜੀ ਮੇਰਾ ਖਿਆਲ ਹੈ ਤੁਸੀਂ ਪੂਰਾ ਹਿੰਦੁਸਤਾਨ ਦੇਖਿਆ ਨਹੀਂ ਹਿੰਦੁਸਤਾਨ ਬਹੁਤ ਵਧੀਆ ਮੁਲਕ ਹੈ ਉਹ ਐਂ ਹੁੰਦੀ ਹੈ ਨਾ ਜੀ ਗੱਲ ਤਾਂ ਵੀ ਇਕੱਲੇ ਤੁਸੀਂ ਕੰਟਰੀ ਨੂੰ ਦੇਖ ਕੇ ਕਹਿ ਦਿਓ ਵੀ ਇਹਦੀ ਬਿਊਟੀ ਚੰਗੀ ਹੈ ਇਹਦਾ ਵਾਤਾਵਰਣ ਚੰਗਾ ਪਰ ਜਦੋਂ ਤੁਸੀਂ ਮਨ ਦੇ ਵਿੱਚ ਖੁਸ਼ ਹੋ ਅਤੇ ਉਹ ਕਹਿੰਦੇ ਹੁੰਦੇ ਆ ਨਾ ਵੀ ਕਿਸੇ ਦੀ ਛੋਟੀ ਜਿਹੀ ਹੱਟ ਦੇ ਵਿੱਚ ਵੀ ਬਹੁਤ ਪਿਆਰ ਮਿਲਦਾ ਉਹਨਾਂ ਨੂੰ ਉਹੀ ਸਵਰਗ ਲੱਗਦਾ ਮੈਂ ਸਿਰਫ ਇਹ ਗੱਲ ਕਰ ਰਹੀ ਹਾਂ ਮੈਂ ਤੁਹਾਡੀ ਸਮਝ ਗਿਆ ਹਾਂ ਕਿ ਲਾਈਫ ਉੱਥੋਂ ਦੀ ਅਤੇ ਇੱਥੋਂ ਦੀ ਕੀ ਫਰਕ ਲੱਗਿਆ ਬਿਲਕੁਲ ਤੁਸੀਂ ਬਿਲਕੁਲ ਬਿਲਕੁਲ ਪਤਾ ਨਹੀਂ ਨਿਸ਼ੀ ਜੀ ਮੈਂ ਸ਼ਾਇਦ ਗਲਤ ਨਾ ਹੋਵਾਂ ਇੱਥੇ ਆਪਸ ਵਿੱਚ ਹੀ ਜਿਹੜਾ ਹੈਗਾ ਨਾ ਜਿਸ ਤਰ੍ਹਾਂ ਹਸਬੈਂਡ ਵਾਈਫ ਹੈਗੇ ਆ ਜਾਂ ਹੋਰ ਆ
ਪਤਾ ਨਹੀਂ ਕਿਉਂ ਰੁੱਖੇ ਰੁੱਖੇ ਰਹਿੰਦੇ ਆ, ਮਤਲਬ ਓਨਾ ਪਿਆਰ ਹੈ ਨਹੀਂ। ਇੱਥੇ ਸਾਰੇ ਲੋਕ ਕੰਮ ਕਰਦੇ ਆ ਜੀ, ਬਿਜ਼ੀ ਬਹੁਤ ਨੇ। ਇੰਡੀਆ ਦੇ ਵਿੱਚ ਜੇ ਦੇਖਿਆ ਜਾਵੇ ਮੋਸਟਲੀ ਲੇਡੀਜ਼ ਦਾ ਕੰਮ ਕੀ ਹੁੰਦਾ? ਘਰ ਹੁੰਦੇ ਆ, ਘਰ ਹੁੰਦੇ ਆ ਮੋਸਟ ਆਫ ਦਾ। ਪਰ ਹੁਣ ਤਾਂ ਨਿਊ ਜਨਰੇਸ਼ਨ ਇਹੋ ਜਿਹੀ ਹੋ ਗਈ ਕਿ ਉਹ ਵੀ ਕੰਮ ਕਰਦੀਆਂ, ਲੇਡੀਜ਼ ਵੀ ਕੰਮ ਕਰਦੀਆਂ। ਆਈ ਐਡਮਾਇਰ ਦਮ ਕਿ ਉਹ ਵੀ ਕੰਮ ਕਰਦੀਆਂ, ਉਹ ਵੀ ਸੋਚਦੀਆਂ ਵੀ ਓਕੇ ਆਈ ਸ਼ੁੱਡ ਡੂ ਦਿਸ, ਆਈ ਸ਼ੁੱਡ ਡੂ ਦੈਟ। ਅਤੇ ਪਰ ਮੋਸਟਲੀ ਜਿਹੜੇ ਟਾਈਮ ਦੀ ਤੁਸੀਂ ਗੱਲ ਕਰ ਰਹੇ ਹੋ, ਉਦੋਂ ਆਲਵੇਜ਼ ਇਹੀ ਹੁੰਦਾ ਸੀਗਾ ਕਿ ਆਦਮੀ ਬਾਹਰ ਜਾਂਦਾ ਸੀ ਕੰਮ ਕਰਨ ਅਤੇ ਲੇਡੀਜ਼ ਘਰ ਰਹਿੰਦੀਆਂ ਸੀ। ਹਾਲਾਂਕਿ ਘਰ ਦਾ ਕੰਮ ਜ਼ਿਆਦਾ ਹੁੰਦਾ ਸੀਗਾ, ਉਹਨਾਂ ਨੇ ਬੱਚੇ ਵੀ ਸਾਹਮਣੇ, ਘਰ ਵੀ ਦੇਖਣਾ, ਆਂਢ ਗੁਆਂਢ ਵੀ ਦੇਖਣਾ। ਪਰ ਫਿਰ ਵੀ ਉਹਨਾਂ ਦੀ ਜਿਹੜੀ ਥੋੜ੍ਹੀ ਜਿਹੀ ਨਾ ਰਿਲੈਕਸੇਸ਼ਨ ਹੁੰਦੀ ਸੀਗੀ ਕਿ ਨੇਬਰਸ ਆ ਜਾਂਦੇ ਸੀ, ਇੱਕ ਦੂਜੇ ਨਾਲ ਗੱਲ ਕਰ ਲੈਂਦੇ ਸੀ, ਉਹਨਾਂ ਨਾਲ ਉਹ ਥੋੜ੍ਹੇ ਜਿਹੇ ਆਪਦਾ ਜਿਹੜੀ ਸਟ੍ਰੈਸ ਆ ਦੂਰ ਕਰ ਲੈਂਦੇ ਸੀ। ਦੈਟਸ ਵਾਈ ਕਿ ਘਰ ਦਾ ਮਾਹੌਲ ਜਿਹੜਾ ਹੈਗਾ ਬਹੁਤ ਖੁਸ਼ਹਾਲ ਰਹਿੰਦਾ ਸੀ। ਠੀਕ, ਚਲੋ ਠੀਕ ਹੈ। ਹੋਰ ਹੋਰ ਬਸ ਮੈਂ ਇਹ ਪੁੱਛਦੀ ਹਾਂ ਜੀ, ਚਲੋ ਆਪਾਂ ਗੱਲ ਤਾਂ ਇਹ ਕਰ ਰਹੇ ਹੈਗੇ ਇੰਡੀਆ ਦੀ ਅਤੇ ਇੱਥੋਂ ਦੀ, ਤੁਸੀਂ ਆਪਦੇ ਪਰਸਨਲ ਲਾਈਫ ਬਾਰੇ ਦੱਸੋ ਜੀ ਵੀ ਉੱਥੇ ਤੁਸੀਂ ਆਪਦੀ ਪਰਸਨਲ ਲਾਈਫ ਦੇ ਵਿੱਚ ਬੈਟਰ ਸੀ ਜਾਂ ਇੱਥੇ ਪਰਸਨਲ ਲਾਈਫ ਦੇ ਵਿੱਚ ਬੈਟਰ ਹੋ? ਕਦੇ ਕਦੇ ਨਿਸ਼ੀ ਜੀ ਜਿਸ ਟਾਈਮ ਘਰ ਦਾ ਮਾਹੌਲ ਥੋੜ੍ਹਾ ਜਿਹਾ ਖਰਾਬ ਹੋ ਜਾਏ ਨਾ, ਹਾਂਜੀ, ਉਸ ਟਾਈਮ ਥੋੜ੍ਹਾ ਜਿਹਾ ਦੁੱਖ ਲੱਗਦਾ। ਜਿਸ ਟਾਈਮ ਇੰਨਾ ਪਿਆਰ ਹੁੰਦਾ ਕਿ ਜਿਹੜਾ ਬੰਦਾ ਮਤਲਬ ਖੁਸ਼ ਰਹਿੰਦਾ ਹਰ ਵਕਤ, ਉਹੀ ਪਿਆਰ ਅਗਰ ਥੋੜ੍ਹਾ ਜਿਹਾ ਗਲਤ ਚਲੇ ਜਾਏ ਜਾਂ ਕੁਛ ਮਿਸ ਅੰਡਰਸਟੈਂਡਿੰਗ ਹੋ ਜਾਏ ਜਾਂ ਕੁਛ ਵੀ ਇਹ ਹੋ ਜਾਏ, ਤੇ ਉਸ ਟਾਈਮ ਫਿਰ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਉਹਦੇ ਉੱਤੇ ਦੋ ਲਾਈਨਾਂ ਮੈਂ ਤੁਹਾਨੂੰ ਸੁਣਾਉਣਾ। ਹਾਂਜੀ। ਉਲਟੇ ਅਸਰ ਹੁੰਦੇ ਮੈਂ ਆਪਣੇ ਪਿਆਰ ਦੇ ਵੇਖੇ, ਉਲਟੇ ਅਸਰ ਹੁੰਦੇ ਮੈਂ ਆਪਣੇ ਪਿਆਰ ਦੇ ਵੇਖੇ, ਪਲਟਦੇ ਨੈਣ ਪਲ ਅੰਦਰ ਮੈਂ ਆਪਣੇ ਯਾਰ ਦੇ ਵੇਖੇ, ਜਿਨ੍ਹਾਂ 'ਤੇ ਆਸ ਸੀ ਝੁੰਗੀ ਨੂੰ ਭਾਂਬੜ ਤੋਂ ਬਚਾਉਣ ਦੀ ਦੀਪ, ਉਹੀ ਤੀਲੀਆਂ ਲਾਉਂਦੇ ਅਤੇ ਫੂਕਾਂ ਮਾਰਦੇ ਵੇਖੇ। ਵਾਹ, ਦੇਖੋ ਜੀ ਆਪਾਂ ਇੰਨੇ ਸ਼ਾਇਰ ਤਾਂ ਹੈ ਨਹੀਂ, ਪਰ ਤੁਹਾਡੀਆਂ ਲਾਈਨਾਂ ਨੇ ਬਹੁਤ ਡੂੰਘੀਆਂ ਨੇ, ਐਂਡ ਇਟ ਇਜ਼ ਰੀਅਲੀ ਨਾਈਸ। ਇਹਦਾ ਮੀਨਿੰਗ ਬਹੁਤ ਡੂੰਘਾ ਹੈਗਾ ਅਤੇ ਤੁਸੀਂ ਬੜੇ ਹੀ ਸੁਚੱਜੇ ਢੰਗ ਦੇ ਨਾਲ ਇਹਨਾਂ ਨੂੰ ਦਰਸਾਇਆ। ਨਿਸ਼ੀ ਜੀ ਅੰਦਰੋਂ ਆਵਾਜ਼ਾਂ ਨਿਕਲਦੀਆਂ ਕਿਸੇ ਟਾਈਮ। ਹਾਂਜੀ, ਅਤੇ ਹੋਰ ਤੁਸੀਂ ਉਹ ਆਵਾਜ਼ ਨੂੰ ਐਵੇਂ ਦਬਾ ਕੇ ਕਿਉਂ ਰੱਖਿਆ? ਉਹ ਆਵਾਜ਼ ਨੂੰ ਕੱਢੋ, ਆਪਦੇ ਦਰਸ਼ਕਾਂ ਨੂੰ ਦੱਸੋ। ਨਹੀਂ, ਉਹ ਕੀ ਹੈਗਾ ਆ ਕਿ ਹੋ ਸਕਦਾ ਕਿ ਉਹ ਆਵਾਜ਼ ਕੱਢ ਦੇਈ, ਹੋਰ ਵੀ ਮਾਮਲਾ ਖਰਾਬ ਹੋ ਜਾਏ। ਮੇਰਾ ਖਿਆਲ ਹੈ ਕਿ ਥੋੜ੍ਹਾ ਉਹ ਜਿਹੜਾ ਜ਼ਖਮ ਹੁੰਦਾ ਨਾ, ਥੋੜ੍ਹਾ ਆਸਤੇ ਆਸਤੇ ਆਪਾਂ ਥੋੜ੍ਹਾ ਉਹਨੂੰ ਚਿੜੀਏ ਤਾਂ ਠੀਕ ਰਹਿੰਦਾ। ਚਲੋ, ਇਹ ਤਾਂ ਹਰੇਕ ਦੀ ਲਾਈਫ ਦੇ ਵਿੱਚ ਰੋਲਰ ਕੋਸਟਰ ਦੀ ਰਾਈਡ ਹੈ ਜੀ, ਕਿਤੇ ਉੱਪਰ ਕਿਤੇ ਨੀਚੇ, ਇਹ ਤਾਂ ਆਉਂਦੀ ਹੋਈ ਰਹਿੰਦੀ ਆ। ਸੋ ਇਹਦੇ ਨਾਲ ਵੈਸੇ ਜੇ ਥੋੜ੍ਹੀ ਥੋੜ੍ਹੀ ਨੋਕ ਝੋਕ ਜੀ ਹੁੰਦੀ ਰਹੇ ਉਹਦੇ ਨਾਲ ਪਿਆਰ ਵੀ ਵੱਧਦਾ ਹੈ। ਹਾਂ, ਜਿੱਥੇ ਦੋ ਭਾਂਡੇ ਹੁੰਦੇ ਥੋੜ੍ਹੀ ਜਿਹੀ ਆਵਾਜ਼ ਤਾਂ ਆਉਂਦੀ ਹੈ, ਖੜਕਦੀ ਖੜਕਦੇ ਰਹਿੰਦੇ ਨੇ, ਤਾਂ ਦੈਟਸ ਟਰੂ। ਹਾਂਜੀ, ਹੁਣ ਤੁਸੀਂ ਇਹ ਦੱਸੋ ਵੀ ਸੁਣਾਓਗੇ ਕੀ ਅੱਜ, ਕਿਹੜਾ ਕੋਈ ਗਾਣਾ? ਮੈਂ ਤੁਹਾਨੂੰ ਗਾਣਾ ਵੀ ਸੁਣਾਊਂਗਾ, ਹਾਂਜੀ, ਮੇਰਾ ਗਾਇਆ ਆ, ਅਤੇ ਤੁਹਾਨੂੰ ਦੋ ਫਿਲਮਾਂ ਦੇ ਮੈਂ ਸੀਨ ਵੀ ਦਿਖਾਊਂਗਾ। ਵੈਰੀ ਨਾਈਸ। ਇੱਕ ਹੈਗਾ ਆ ਦਿੱਲਗੀ, ਅਤੇ ਸਨੀ ਦਿਓਲ ਦੀ, ਹਾਂਜੀ, ਸਨੀ ਦਿਓਲ ਅਤੇ ਬੋਬੀ ਦਿਓਲ ਦਾਰਾ ਜੀ, ਹਾਂਜੀ ਹਾਂਜੀ, ਅਤੇ ਇੱਕ ਮੈਂ ਤੁਹਾਨੂੰ ਹੋਰ ਹੈਗਾ ਆ ਆਪਣੇ ਬੇਕਾਬੂ, ਬੇਕਾਬੂ, ਬੇਕਾਬੂ ਫਿਲਮ ਦਾ ਸੀਨ। ਬੇਕਾਬੂ ਦਾ ਮੈਂ ਤੁਹਾਨੂੰ ਦੱਸਦਾ, ਹਾਂਜੀ, ਜਿਹੜਾ ਡਾਇਰੈਕਟਰ ਹੈ ਨਾ ਉਹ ਮੈਨੂੰ ਸਾਈਡ 'ਤੇ ਲੈ ਗਿਆ, ਹਾਂਜੀ, ਅਤੇ ਜਿਹਦੇ ਨਾਲ ਮੇਰਾ ਸੀਨ ਸੀਗਾ ਉਹ ਸ਼੍ਰੀ ਵਾਸਤਵ ਹੈਗੇ ਆ ਐਕਟਰ, ਉਹਨਾਂ ਦੇ ਨਾਲ ਸੀ, ਅਤੇ ਉਹ ਹੀਰੋ ਦਾ ਬਾਪ ਹੁੰਦਾ, ਉਹ ਬਾਜ਼ਾਰ ਦੇ ਵਿੱਚ ਆਉਂਦਾ ਅਤੇ ਮੇਰੀ ਸੋਨੇ ਚਾਂਦੀ ਦੀ ਦੁਕਾਨ ਹੁੰਦੀ ਆ, ਅਤੇ ਉਹ ਅੰਦਰ ਦੇਖਣ ਲੱਗਦਾ ਵੀ ਯਾਰ ਇੱਥੇ ਤਾਂ ਨਹੀਂ ਕੋਈ, ਇੱਥੇ ਨਹੀਂ, ਮੈਂ ਦੇਖ ਲੈਂਦਾ। ਮੈਂ ਉਹ ਕੁਛ ਡੱਬੇ ਦੇ ਵਿੱਚ ਡਸਟ ਜਿਹਾ ਹੁੰਦਾ ਬਾਹਰ ਸੁੱਟਣਾ ਉਹਨਾਂ, ਅਤੇ ਮੈਂ ਉਹ ਦੇਖ ਲੈਂਦਾ ਕਿ ਮੇਰੇ ਯਾਰ ਦੁਕਾਨ ਦੇ ਅੰਦਰ ਕੌਣ ਵੜਿਆ, ਅਤੇ ਮੈਂ ਕਹਿੰਦਾ ਇਹ ਕੌਣ ਹੈ ਕੌਣ ਹੈ? ਕਹਿੰਦਾ ਕੁਛ ਨਹੀਂ। ਅਰੇ ਕੁਛ ਨਹੀਂ, ਤੂੰ ਚੋਰੀ ਕਰਨੇ ਗੁੱਸਾ ਤਾ? ਕਹਿੰਦਾ ਨਹੀਂ ਸਾਹਿਬ, ਨਹੀਂ ਨਹੀਂ ਨਹੀਂ, ਤੂੰ ਚੋਰ ਹੈ। ਮੈਂ ਉਹ ਵਿਚਾਰਾ ਡਰਦੇ ਮਾਰੇ ਭੱਜਣ ਲੱਗਦਾ, ਮੈਂ ਉਹਦੇ ਪਿੱਛੇ ਭੱਜਦਾ, ਅਤੇ ਉਸ ਤੋਂ ਬਾਅਦ ਉਹਦੀ ਥੋੜ੍ਹੀ ਜਿਹੀ ਧੁਲਾਈ ਹੋ ਜਾਂਦੀ ਹੈ ਚੰਗੀ। ਅਤੇ ਮੈਨੂੰ ਉਹਨੇ ਕਿਹਾ ਸੀ ਡਾਇਰੈਕਟਰ ਨੇ ਕਿ ਇਸ ਤੋਂ ਬਾਅਦ ਜਿਹੜਾ ਡੱਬਾ ਹੈ ਨਾ ਤੁਹਾਡੇ ਕੋਲ ਕਚਰੇ ਦਾ, ਹਾਂਜੀ, ਦੀਪਤਾ ਤੁਸੀਂ ਜ਼ੋਰ ਨਾ ਮਾਰਨਾ। ਅੱਛਾ। ਅਤੇ ਮੈਂ ਕਿਹਾ ਭਈ ਐਨ ਚੰਦਰਾ ਜੀ, ਡਾਇਰੈਕਟਰ ਦਾ ਨਾਂ ਸੀ ਐਨ ਚੰਦਰਾ,
ਮੈਂ ਕਿਹਾ ਹਰਚੰਦਰਾ ਸਾਹਿਬ ਅਗਰ ਲੱਗ ਗਿਆ ਉਹਦੇ, ਕਹਿੰਦਾ ਮੈਂ ਸੰਭਾਲ ਲੂੰਗਾ ਲੱਗ ਜਾਏ। ਅੱਛਾ ਨਿਸ਼ੀ ਜੀ, ਮੈਂ ਸੱਚਮੁੱਚ ਮੈਂ ਹੋ ਗਿਆ ਫ੍ਰੀ, ਮੈਨੂੰ ਆਰਡਰ ਮਿਲ ਗਿਆ ਮਾਨ ਦਾ। ਹਾਂਜੀ, ਤੇ ਉਹ ਜਿਹੜਾ ਡੱਬਾ ਸੀਗਾ ਨਾ, ਉਹ ਜਿਸ ਟਾਈਮ ਭੱਜਿਆ ਕਿ ਚੋਰ ਚੋਰ ਚੋਰ, ਉਹ ਡੱਬਾ ਮੈਂ ਮਾਰਿਆ ਜੋਰ ਨਾ, ਉਹਦੇ ਵਿਚਾਰੇ ਦੇ ਇੱਥੇ ਲੱਗਾ, ਸਿਰ ਚ ਵੱਜਾ। ਸੀਨ ਤਾਂ ਹੋ ਗਿਆ, ਬਾਅਦ ਦੇ ਵਿੱਚ ਉਹ ਕਹਿੰਦਾ ਦੀਪ ਸਾਹਿਬ ਇੱਧਰ ਆਈਏ ਜਨਾਬ। ਮੈਂ ਕਿਹਾ ਹਜ਼ੂਰ ਮੈਂ ਕਿਹਾ ਹੁਕਮ। ਕਹਿੰਦਾ ਹੁਕਮ, ਮੈਂ ਕਿਆ ਕਰਨਾ, ਆਪਣੇ ਤਾਂ ਬਾਤ ਕਰਨੇ ਕੇ ਕਾਬਲ ਨਹੀਂ ਛੋੜਾ। ਮੈਂ ਕਿਹਾ ਕਿਆ ਹੋ ਗਿਆ? ਕਹਿੰਦਾ ਮੁਝੇ ਚੋਟ ਬਹੁਤ ਲੱਗੀ ਹੈ। ਅੱਛਾ, ਕਹਿੰਦਾ ਹਮ ਤੋ ਐਕਟਿੰਗ ਕਰ ਰਹੇ ਥੇ, ਆਪਨੇ ਤੋ ਸੱਚਮੁੱਚ ਮਾਰਾ, ਕਿਆ ਪੁਰਾਣੀ ਦੁਸ਼ਮਣੀ ਥੀ? ਤੇ ਮੈਂ ਕਿਹਾ ਨਹੀਂ, ਮੈਂ ਕਿਹਾ ਸੋਰੀ ਸਰ। ਕਹਿੰਦਾ ਵਟ ਸੋਰੀ? ਕਹਿੰਦਾ ਸੋਰੀ ਨਾਲ ਉਹਦੀ ਕੋਈ ਸੱਤ ਥੋੜੀ ਵਾਪਸ ਹੋ, ਉਹ ਥੋੜਾ ਜਿਹਾ ਪੈ ਗਿਆ ਮੈਨੂੰ। ਹੁਣ ਉਧਰੋਂ ਡਾਇਰੈਕਟਰ ਨੇ ਮੈਨੂੰ ਕਿਹਾ ਸੀਗਾ, ਹੁਣ ਮੈਂ ਕੀ ਕਰਾਂ? ਉੱਥੇ ਭਾਂਡਾ ਕੀ ਮੈਂ ਭੰਨਾ? ਮੈਂ ਕਿਹਾ ਇਹਨਾਂ ਦਾ ਆਪਸ ਵਿੱਚ ਝਗੜਾ ਹੋ ਜਾਣਾ। ਉਹ ਹੀ ਡਾਇਰੈਕਟਰ ਮੈਨੂੰ ਅਜੈ ਦੇਵਗਨ ਦੀ ਪਿਕਚਰ ਸੀਗੀ ਉੱਥੇ ਫਿਰ ਮਿਲਿਆ। ਅੱਛਾ, ਤੇ ਉੱਥੇ ਮੈਂ ਲੜਕੇ ਦਾ ਬਾਪ ਬਣਿਆ ਆਇਆ ਸੀ, ਉਹਦੇ ਨਾਲ ਮੇਰਾ ਸੀਨ ਸੀ ਅਜੈ ਦੇਵਗਨ ਨਾਲ। ਅੱਛਾ ਜੀ, ਨਹੀਂ ਉਸੇ ਐਕਟਰ ਨਾਲ। ਅੱਛਾ, ਉਸੇ ਓਕੇ। ਉਹ ਮੈਨੂੰ ਦੇਖ ਕੇ ਘਬਰਾ ਗਿਆ, ਕਹਿੰਦਾ ਅੱਜ ਤੋਂ ਨਹੀਂ ਕੁਛ ਮਾਰੋਗੇ? ਤੇ ਉਸ ਤੋਂ ਬਾਅਦ ਫਿਰ ਮੈਂ ਉਹਨੂੰ ਸਮਝਾਇਆ, ਮੈਂ ਕਿਹਾ ਅੰਜਨ ਸ਼੍ਰੀਵਾਸਤਵ ਜੀ, ਮੈਂ ਕਿਹਾ ਐਕਚੁਲੀ ਪਤਾ ਕਿਆ ਹੋਊਗਾ ਤਾਂ? ਕਹਿੰਦਾ ਕਿਆ ਹੋਊਗਾ ਤਾਂ? ਮੈਂ ਕਿਹਾ ਐਨ ਚੰਦਰਾ ਨੇ ਮੈਨੂੰ ਖੁਦ ਕਿਹਾ ਸੀਗਾ। ਅੱਛਾ, ਕਿ ਮਾਰਨਾ? ਕਹਿੰਦਾ ਹੈ? ਮੈਂ ਕਿਹਾ ਹਾਂ। ਮੈਂ ਕਿਹਾ ਮੈਨੇ ਜਾਣ ਬੁੱਝ ਕੇ ਨਹੀਂ ਮਾਰਾ, ਉਹਨੇ ਕਿਹਾ ਤਾਂ ਕਿ ਮਾਰਨਾ। ਕਹਿੰਦਾ ਯਾਰ ਲੇਕਿਨ ਆਪ? ਮੈਂ ਕਿਹਾ ਮੈਂ ਤਾਂ ਨੌਕਰ ਤਾ, ਮੈਂ ਉਹਨੂੰ ਕਿਹਾ ਅੰਡਰ ਤਾ, ਉਹ ਡਾਇਰੈਕਟਰ ਜੋ ਬੋਲੇਗਾ ਉਹੀ ਤਾਂ ਮੈਨੂੰ ਕਰਨਾ ਪੜੇਗਾ। ਰਾਈਟ ਰਾਈਟ। ਕਹਿੰਦੇ ਮਗਰ ਆਪਨੇ ਬਹੁਤ ਜ਼ੋਰ ਸੇ ਮਾਰਾ। ਮੈਂ ਕਿਹਾ ਲੱਗ ਗਿਆ, ਮੈਂ ਕਿਆ ਕਰਤਾ? ਤਾਂ ਫਿਰ ਇਹਦੇ ਵਿੱਚ ਜਦੋਂ ਜੀ ਤੁਹਾਡੇ ਆਹ ਸਟੰਟ ਹੁੰਦੇ ਆ, ਉਹ ਰਿਐਲਿਟੀ ਦੇ ਵਿੱਚ ਵੀ ਹੁੰਦੇ ਆ? ਅਸੀਂ ਤਾਂ ਸੋਚਦੇ ਐਵੇਂ ਬਸ ਉੱਤੇ। ਨਾ ਨਾ ਨਾ, ਨਿਸ਼ੀ ਜੀ ਮੈਂ ਤੁਹਾਨੂੰ ਦੱਸਦਾ, ਦੇਖੋ ਅਮਿਤਾਭ ਸਾਹਿਬ ਸੀਗੇ। ਹਾਂਜੀ, ਅਤੇ ਉਹਨਾਂ ਦੇ ਸੱਟ ਲੱਗੀ ਸੀਗੀ ਪੁਨੀਤ ਈਸਰ ਤੋਂ। ਹਾਂਜੀ, ਮਰ ਚੱਲੇ ਸੀਗੇ ਉਹ, ਕਿੰਨਾ ਚਿਰ ਹੋਸਪਿਟਲ ਦੇ ਵਿੱਚ ਸੀਗੇ। ਰਾਈਟ ਰਾਈਟ। ਅਤੇ ਇਹ ਕਿਸੇ ਟਾਈਮ ਹੁੰਦਾ। ਇੱਕ ਤਾਂ ਮੈਂ ਹੋਰ ਗੱਲ ਦੱਸਦਾ। ਹਾਂਜੀ, ਇੱਕ ਹਾਜੀ ਸੀਗਾ ਜਿਹੜਾ ਫਾਈਟਰ ਸੀਗਾ ਅਤੇ ਸਟੰਟਮੈਨ ਸੀਗਾ ਉਹ, ਅਤੇ ਉਹਨੇ ਕੀ ਕਰਨਾ ਸੀਗਾ, ਕਾਰ ਦੇ ਵਿੱਚ ਬ੍ਰਿਜ ਬਣਿਆ ਸੀਗਾ, ਕਾਰ ਜਿਹੜੀ ਹੈ ਸਿੱਧੀ ਐਂ ਆਉਣੀ ਸੀਗੀ। ਹਾਂਜੀ, ਅਤੇ ਉਹਦੇ ਵਿੱਚ ਨਦੀ 'ਚ ਜਾਣੀ ਸੀਗੀ। ਠੀਕ, ਅਤੇ ਉਹਨੇ ਵਿੱਚੋਂ ਬੈਲਟ ਖੋਲ੍ਹ ਕੇ ਆਪਣੀਆਂ ਬੈਲਟਾਂ ਬੰਨੀਆਂ ਹੋਣੀਆਂ ਖੋਲ੍ਹ ਕੇ ਵਿੱਚੋਂ ਨਿਕਲਣਾ ਸੀ। ਠੀਕ ਹੈ ਜੀ। ਅਤੇ ਉਹ ਦਿਨ ਉਹਦਾ ਲਾਸਟ ਸੀਗਾ, ਉਹਨੇ ਉਸ ਦਿਨ ਤੋਂ ਆਪਣੇ ਰਿਟਾਇਰ ਹੋਣਾ ਸੀ, ਤੋ ਆਪਣੀ ਬੀਵੀ ਬੱਚੇ ਨਾਲ ਲੈ ਕੇ ਆਇਆ ਸੀਗਾ। ਓਹ, ਆਈ ਸੀ, ਓਕੇ। ਜਿਸ ਟਾਈਮ ਸ਼ਾਰਟ ਹੋਇਆ, ਹਾਂਜੀ, ਉਹ ਗਿਆ ਅੰਦਰ, ਨਿਸ਼ੀ ਜੀ ਉਹ ਬਾਹਰ ਹੀ ਨਹੀਂ ਨਿਕਲਿਆ। ਓ ਮਾਈ ਗੁੱਡ ਗਾਡ। ਉਹਦੀ ਬੱਚਿਆਂ ਦੇ ਸਾਹਮਣੇ, ਉਹਦੀ ਵਾਈਫ ਦੇ ਸਾਹਮਣੇ ਉਹਦੀ ਮੌਤ ਹੋਈ। ਕਦੇ ਕਦੇ ਸੋ ਸੈਡ, ਕਦੇ ਕਦੇ ਦੇਖੋ ਇੱਦਾਂ ਵੀ ਹੁੰਦਾ, ਇਹੋ ਜਿਹੀਆਂ ਗੱਲਾਂ। ਮਤਲਬ ਇਹ ਬੰਦਾ ਪਤਾ ਨਹੀਂ, ਇਨਸਾਨ ਨੇ ਦੂਸਰਾ ਸਾਹ ਲੈਣਾ ਕਿ ਨਹੀਂ ਲੈਣਾ, ਜ਼ਿੰਦਗੀ ਇੰਨੀ ਕੁ ਹੁੰਦੀ ਆ, ਲੇਕਿਨ ਫਿਰ ਵੀ ਸਾਡੇ ਲੋਕ ਆਪਸ ਵਿੱਚ ਹੀ ਲਫੜੇ ਝਗੜੇ। ਨਿਸ਼ੀ ਜੀ ਮੈਨੂੰ ਤਾਂ ਸਮਝ 'ਚ ਨਹੀਂ ਆਉਂਦਾ ਕਿ ਕਿਉਂ ਝਗੜੇ ਕਰਦੇ ਆ, ਕਿਉਂ ਲੜਦੇ ਆ, ਮੈਨੂੰ ਖੁਦ ਨੂੰ ਨਹੀਂ। ਔਰ ਬਾਕੀ ਇੱਕ ਗੱਲ ਮੈਂ ਹੋਰ ਦੱਸਾਂ, ਮੈਨੂੰ ਯਾਦ ਆ ਗਿਆ, ਝਗੜੇ ਜ਼ਿਆਦਾ ਮੈਂ ਅੱਜ ਕੱਲ੍ਹ 2-4 ਜਗ੍ਹਾ ਦੇਖੇ ਆ, ਵੈਸੇ ਮੇਰੇ ਨਾਲ ਵੀ ਹੋਇਆ ਸੀ। ਅੱਛਾ, ਕਿ ਸਾਲੇ ਨੂੰ ਕਦੀ ਮੂੰਹ ਨਹੀਂ ਲਾਉਣਾ ਚਾਹੀਦਾ। ਨਹੀਂ, ਸਾਲੇ ਸਾਲੇ ਬਹੁਤ ਕੰਮ ਖਰਾਬ ਹੁੰਦੇ। ਦੇਖੋ ਸੁਖਬੀਰ ਸਿੰਘ ਬਾਦਲ ਹੈ, ਉਹ ਵੀ ਸਾਲੇ ਨੇ ਪੁਆੜੇ ਪਾਏ ਆ। ਠੀਕ, ਰਾਜਨੀਤੀ 'ਚ, ਰਾਜਨੀਤੀ 'ਚ, ਇੰਡੀਆ ਦੀ। ਹਾਂ, ਇੱਕ ਦੋ ਮੇਰੇ ਦੋਸਤ ਆ, ਉਹਨਾਂ ਦੇ ਘਰਾਂ 'ਚ ਵੀ ਸਾਲਿਆਂ ਨੇ ਸਿਆਪੇ ਪਾਏ ਆ। ਔਰ ਮੈਂ ਤਾਂ ਹੱਥ ਜੋੜਦਾ ਕਿ ਇਹ ਸਾਲੇ ਦੂਰੇ ਹੀ ਰਹਿਣ ਤਾਂ ਠੀਕ ਹੈ, ਰੱਬ ਇਹਨਾਂ ਤੋਂ ਦੂਰ ਹੀ ਰੱਖੇ। ਮੋਸਟਲੀ ਤਾਂ ਆਪਣੇ ਕਲਚਰ ਦੇ ਵਿੱਚ ਇਹੀ ਕਹਿੰਦੇ ਆ ਜੀ, ਜਿਹੜਾ ਭਰਾ ਹੁੰਦਾ ਆਪਦੀ ਭੈਣ ਦਾ ਘਰ ਬਚਾਉਂਦਾ ਹੁੰਦਾ, ਨਾ ਕਿ ਤੋੜਦਾ ਹੁੰਦਾ। ਬਿਲਕੁਲ, ਤੁਸੀਂ ਬਿਲਕੁਲ ਸਹੀ ਕਿਹਾ, ਬਿਲਕੁਲ ਸਹੀ ਕਿਹਾ। ਪਰ ਇਹ ਹਰੇਕ ਇਨਸਾਨ ਦੀ ਜਿਹੜੀ ਮੇਰੇ ਖਿਆਲ 'ਚ ਬੰਦੇ ਬੰਦੇ ਦੇ ਉੱਤੇ ਫਰਕ ਹੈ, ਅਤੇ ਫੈਮਿਲੀ ਫੈਮਿਲੀ ਦੇ ਉੱਤੇ ਫਰਕ ਹੈ। ਇਸ ਕਰਕੇ ਆਪਾਂ ਕਹਿ ਸਕਦੇ ਹਾਂ, ਪਰ ਮੋਸਟਲੀ ਤਾਂ ਪਹਿਲੇ ਦਿਨਾਂ 'ਚ ਆਪਾਂ ਇਹੀ ਸੁਣਦੇ ਆਏ ਹਾਂ। ਮੈਂ ਆਪਦੇ ਬ੍ਰਦਰ ਦੀ ਬਹੁਤ ਰਿਸਪੈਕਟ ਕਰਦੀ ਹਾਂ, ਐਂਡ ਹੀ ਇਜ਼ ਆਲਵੇਜ਼ ਵਰੀਡ ਅਬਾਊਟ ਮੀ, ਐਂਡ ਜੇ ਮੈਂ ਖੁਸ਼ ਹੁੰਦੀ ਹਾਂ ਤਾਂ ਉਹ ਖੁਸ਼ ਹੁੰਦਾ, ਜੇ ਮੈਂ ਉਦਾਸ ਹੁੰਦੀ ਹਾਂ ਤਾਂ ਉਹ ਬੜਾ ਉਦਾਸ ਵੀ ਹੁੰਦਾ। ਕਈ ਵਾਰੀ ਇਹ ਹੁੰਦਾ ਉਹ ਇੰਡੀਆ ਰਹਿੰਦਾ ਗਾ, ਕਈ ਵਾਰੀ ਇਹ ਹੁੰਦਾ ਕਿ ਉਹ ਮੈਨੂੰ ਫੋਨ ਕਰਕੇ ਪੁੱਛਦਾ ਤੂੰ ਠੀਕ ਹੈ, ਮੈਂ ਕਹੂੰਗੀ ਹਾਂ ਮੈਂ ਠੀਕ ਹਾਂ। ਉਹ ਮੈਨੂੰ ਬਸ ਨਾ
ਸੁਪਨਾ ਜਿਹਾ ਆਇਆ ਸੀਗਾ, ਮੈਂ ਸੋਚਿਆ ਚੱਲ ਮੈਂ ਨਿਸ਼ੀ ਨਾਲ ਗੱਲ ਕਰਕੇ ਦੇਖਾਂ। ਸੋ ਉਹ ਮੈਨੂੰ ਹਾਲਾਂਕਿ ਐਡੀ ਦੂਰ ਹੈ ਪਰ ਫਿਰ ਵੀ ਕਿਉਂਕਿ ਅਸੀਂ ਬਚਪਨ ਤੋਂ ਦੋਨੇ ਜਾਣੇ ਖੇਡਦੇ ਰਹੇ ਹਾਂ ਅਤੇ ਦੋਨਾਂ ਦਾ ਪਿਆਰ ਬਹੁਤ ਹੈ, ਅਤੇ ਮੈਂ ਉਹ ਨਹੀਂ ਕਹਿ ਸਕਦੀ ਵੀ ਸਾਲੇ ਆ ਜਿਹੜੇ ਉਹ ਖਰਾਬ ਹੁੰਦੇ ਆ ਜਾਂ ਬ੍ਰਦਰ ਹੁੰਦੇ ਆ ਆਪਦੀ ਭੈਣ ਦਾ ਘਰ ਤੋੜਦੇ ਆ, ਪਰ ਜਿਵੇਂ ਤੁਸੀਂ ਹੁਣ ਦੱਸ ਹੀ ਦਿੱਤੀ ਐਡੀ ਵੱਡੀ ਐਗਜ਼ਾਮਪਲ ਨਿਸ਼ੀ ਜੀ, ਕੋਈ ਜ਼ਰੂਰੀ ਨਹੀਂ ਕਿ ਤੁਹਾਡਾ ਜਿਹੜਾ ਬ੍ਰਦਰ ਆ ਅੱਛੇ ਲੋਕਾਂ 'ਚ ਰਹਿੰਦਾ ਹੋਊਗਾ, ਅੱਛੀ ਮੱਤ ਹੋਏਗੀ। ਸਭ ਤੋਂ ਮੈਂ ਇਹ ਦੇਖਿਆ ਕਿ ਜਿਸ ਇਨਸਾਨ ਦੀ ਸੁਸਾਇਟੀ ਚੰਗੇ ਲੋਕਾਂ ਨਾਲ ਆ, ਹਾਂਜੀ, ਉਹਦੀ ਮੱਤ ਜਿਹੜੀ ਹੈ ਚੰਗੀ ਹੋਏਗੀ। ਇਹ ਤਾਂ ਗੱਲ ਸਹੀ ਹੈ ਜੀ, ਇਹ ਮੈਂ ਦੇਖਿਆ ਆ। ਠੀਕ, ਮਤਲਬ ਤੁਸੀਂ ਚੰਗੇ ਲੋਕਾਂ ਦੇ ਵਿੱਚ ਬੈਠੋਗੇ ਤਾਂ ਤੁਹਾਨੂੰ ਅਕਲ ਮਤਲਬ ਕਦੇ ਕੋਈ ਮਤਲਬ ਬੁਰਾਈ ਨਜ਼ਰ ਨਹੀਂ ਆਏਗੀ। ਇਹ ਤਾਂ ਕਹਿੰਦੇ ਹੀ ਜੀ, ਆਪਣੇ ਤਾਈਓ ਤਾਂ ਬੱਚਿਆਂ ਨੂੰ ਕਹਿੰਦੇ ਜਿਹੜੀ ਜਿਹੋ ਜਿਹੀ ਸੋਭਤ, ਹਾਂ ਵੈਸੀ ਰਹਿਤ, ਹਾਂ ਜਿਹੋ ਜਿਹੀ ਖਿਆਲ, ਜਿਹੇ ਜਿਹੇ ਖਿਆਲ, ਜਿਹੇ ਜਿਹੇ ਤੁਹਾਡੇ ਨਾਲ ਦੇ ਜਿਹੜੇ ਦੋਸਤ ਨੇ ਉਹਨਾਂ ਦੇ ਖਿਆਲ ਚੰਗੇ ਨੇ ਤਾਂ ਤੁਸੀਂ ਚੰਗੇ ਬਣ ਜਾਓਗੇ। ਬਿਲਕੁਲ 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 ਬਿਲਕੁਲ, ਇਹ ਤਾਂ ਵੈਸੇ ਬਹੁਤ। ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਹਾਂਜੀ ਸੋਰੀ ਸਰ, ਬ੍ਰੇਕ ਤੋਂ ਬਾਅਦ ਆਉਂਦੇ ਹਾਂ।